ਇੱਕ ਬਹੁਤ ਚੰਗੀ ਗੱਲ ਹੈ ਕਿ ਸਾਡਾ ਸਿਨੇਮਾ ਹੁਣ ਬਹੁਤ ਤਰੱਕੀ ਕਰ ਰਿਹਾ ਹੈ ਨਾ, ਇੱਕ ਚੰਗੀ ਗੱਲ ਹੈ, ਬਟ ਇੱਕ ਛੋਟਾ ਜਿਹਾ ਅਫਸੋਸ ਹੈ ਵੀ ਐਕਸ਼ਨ ਦੇ ਨਾਂ 'ਤੇ ਸਾਡੇ ਕੋਲ ਗਾਂਧੀ ਔਰ ਬਲੈਕੀਆ ਹੀ ਆ ਹੈ ਨਾ, ਤਾਂ ਅੱਗੇ ਐਕਸ਼ਨ ਫਿਲਮਾਂ ਬਣਨ, ਡਾਕੂਆਂ ਦਾ ਮੁੰਡਾ ਵੀ ਹੈ, ਡਾਕੂਆਂ ਦਾ ਮੁੰਡਾ, DSP ਦੇਵ ਵੀ ਹੈ, ਬਹੁਤ ਨੇ, ਗਿਣਤੀ ਹੈਗੀ, ਆਪਾਂ ਸੋਚਦੇ ਨਹੀਂ ਦੇਖਦੇ ਨਹੀਂ ਵੀ ਪਿੱਛੇ ਬਹੁਤ ਫਿਲਮਾਂ ਚੱਲੀਆਂ ਨੇ, ਬਹੁਤ ਜ਼ਿਆਦਾ ਕਾਮਯਾਬ ਸੀਰੀਜ਼ ਨੇ ਜਿਹੜੀ, ਮਤਲਬ ਐਕਸ਼ਨ ਨੇ, ਪੁੱਤ ਜੱਟਾਂ ਦੇ ਵੀ ਹੈ, ਹਾਂ ਵਰਿੰਦਰ ਜੀ ਦੀਆਂ ਬਹੁਤ ਫਿਲਮਾਂ ਨੇ ਐਕਸ਼ਨ ਦੇ ਉੱਤੇ, ਅਪਕਮਿੰਗ ਦੀ ਅਗਰ ਆਪਾਂ ਗੱਲ ਕਰੀਏ, ਫਿਊਚਰ ਦੀ ਆਪਾਂ ਗੱਲ ਕਰੀਏ, ਹਾਂਜੀ, ਤਾਂ ਜਿਵੇਂ ਹੁਣ ਮਨੀਸ਼ ਸਾਹਨੀ ਸਾਹਿਬ ਵੀ ਇੱਥੇ ਬੈਠੇ ਨੇ, ਪ੍ਰੋਡਿਊਸਰ ਸਾਹਿਬ ਵੀ ਬੈਠੇ ਨੇ ਇੱਥੇ, ਅਤੇ ਫਿਊਚਰ ਦੇ ਵਿੱਚ ਕੀ ਕੁਛ ਤਿਆਰ ਕੀਤਾ ਜਾ ਰਿਹਾ ਪੰਜਾਬੀ ਸਿਨੇਮੇ ਦੇ ਵਿੱਚ, ਔਰ ਪੈਰਲਰੀ ਕੰਪੈਰੀਜ਼ਨ ਵੀ ਹੁੰਦਾ ਆ, ਜ਼ਾਹਿਰ ਜੀ ਗੱਲ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਸਿਨੇਮੇ ਬਣਦੇ ਆ, ਹਾਂਜੀ, ਅਤੇ ਕੰਪੈਰੀਜ਼ਨ ਕਿਤੇ ਨਾ ਕਿਤੇ ਹੁੰਦਾ ਆ, ਸੋ ਬਾਹੂਬਲੀ ਤੱਕ ਪਹੁੰਚ ਗਈਆਂ ਚੀਜ਼ਾਂ, ਉਹ ਅੱਗੇ ਤੱਕ ਜਾਣ ਲਈ ਮਤਲਬ ਕੀ ਤਿਆਰੀ ਉਹ ਚੱਲ ਰਹੀ ਆਪਣੀ? ਦੇਖੋ ਵੀਰੇ, ਇੱਕ ਆਪਾਂ ਨਾ ਜਦੋਂ ਘਰੇ ਇੱਕ ਆਪਾਂ ਗਾਰਡਨ ਬਣਾਉਂਦੇ ਹਾਂ ਜਾਂ ਆਪਾਂ ਲੋਨ ਤਿਆਰ ਕਰਦੇ ਹਾਂ ਆਪਣਾ, ਤਾਂ ਉਹਦੇ ਵਿੱਚ ਇੱਕ ਫੁਲਵਾੜੀ ਦੇ ਵਿੱਚ ਹਰ ਤਰ੍ਹਾਂ ਦੇ ਫੁੱਲ ਲਾਉਂਦੇ ਹਾਂ, ਸਿਨੇਮੇ ਦੇ ਵਿੱਚੋਂ ਜਦੋਂ ਹਰ ਤਰ੍ਹਾਂ ਦੀ ਫਿਲਮ ਬਣਦੀ ਹੈ, ਕਾਮੇਡੀ ਬਣਦੀਆਂ ਨੇ, ਮਸਤਾਨੇ ਵਰਗੀਆਂ ਫਿਲਮਾਂ ਬਣਦੀਆਂ ਨੇ, ਮੌੜ ਵਰਗੀਆਂ ਵੀ ਬਣਦੀਆਂ ਨੇ, ਹੈ ਨਾ, ਅਤੇ ਅਰਦਾਸ ਵਰਗੀਆਂ ਵੀ ਬਣਦੀਆਂ ਨੇ, ਗਾਂਧੀ ਵਰਗੀਆਂ, ਡਾਕੂਆਂ ਦੇ ਮੁੰਡੇ ਵਰਗੀਆਂ, ਤਾਂ ਫੁਲਵਾੜੀ ਦੇ ਵਿੱਚ ਫਿਰ ਹਰ ਤਰ੍ਹਾਂ ਦਾ ਫੁੱਲ ਬਣ ਜਾਂਦਾ, ਕਾਮੇਡੀ ਵੀ ਬਣਦਾ। ਔਰ ਜਿੱਥੋਂ ਤੱਕ ਸਾਡੀ ਗੱਲ ਹੈ, ਅਸੀਂ ਬਹੁਤ ਚੰਗਾ ਸਿਨੇਮਾ ਲੈ ਕੇ ਆ ਰਹੇ ਹਾਂ, ਉਸ ਲੜੀ ਦੇ ਵਿੱਚ ਮਝੈਲ ਆ ਰਹੀ ਹੈ, ਉਹ ਇੱਕ ਡਿਫਰੈਂਟ ਕਾਈਂਡ ਆਫ ਸਿਨੇਮਾ ਹੈਗਾ, ਉਹਦੇ ਵਿੱਚ ਅਸੀਂ ਗੱਲ ਕੀਤੀ ਹੈ ਮਝੈਲੀਆਂ ਦੀ, ਉਹੀ ਲੈਂਗੁਏਜ, ਉਹੀ ਸਾਰਾ ਕੁਝ, ਹਰ ਵਕਤ ਕੁਛ ਨਾ ਕੁਛ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਵੇਂ ਕਿਰਦਾਰ ਲੱਭਣ ਦੀ, ਨਵੇਂ ਤਰੀਕੇ ਨਾਲ ਪਲੇ ਕਰਨ ਦੀ। ਫਿਰ ਇੱਕ ਫਿਲਮ ਮੇਰੀ ਮਨੀਸ਼ ਭਾਅ ਜੀ ਦੇ ਨਾਲ ਹੁਣ ਅਸੀਂ ਸ਼ਾਇਦ ਬਾਬਾ ਜੀ ਨੇ ਚਾਹੇ ਥੋੜ੍ਹੇ ਦਿਨਾਂ 'ਚ ਅਸੀਂ ਅਨਾਊਂਸ ਕਰਾਂਗੇ, ਉਹ ਵੀ ਅਸੀਂ ਸੋਚ ਰਹੇ ਹਾਂ ਕਿ ਡਾਇਰੈਕਟਰ ਵੀ ਸਾਰੇ ਅਲੱਗ ਅਲੱਗ ਕਰੀਏ, ਵਧੀਆ ਜਿਹੜੇ ਪੰਜਾਬੀ ਇੰਡਸਟਰੀ ਦੇ ਵਧੀਆ ਡਾਇਰੈਕਟਰ ਨੇ, ਵਧੀਆ ਸਿਨੇਮਾ ਦਿੱਤਾ ਜਿਨ੍ਹਾਂ ਨੇ। ਫਿਰ ਡ੍ਰੀਮ ਰਿਐਲਿਟੀ ਨਾਲ ਤਾਂ ਮੈਂ ਜੁੜਿਆ ਹੋਈ ਹਾਂ, ਸਾਡੀਆਂ ਬਹੁਤ ਵਧੀਆ ਪਲੈਨਿੰਗ ਚੱਲ ਰਹੀਆਂ ਨੇ ਅੱਗੇ। ਔਰ ਜਿਹੜੀ ਤੁਸੀਂ ਬਾਹੂਬਲੀ ਦੀ ਗੱਲ ਕੀਤੀ ਹੈ, ਸਾਨੂੰ ਜੇ ਤੁਸੀਂ ਜਿਵੇਂ ਸਾਊਥ ਦਾ ਸਿਨੇਮਾ ਅੱਜ ਸਾਡੇ 'ਚ ਆ ਗਿਆ, ਸਾਡੇ 'ਚ ਘਰ ਕਰ ਗਿਆ, ਸਾਨੂੰ ਉਹਨਾਂ ਦੇ ਹਰ ਹੀਰੋ ਬਾਰੇ ਪਤਾ ਕਿ ਪੁਸ਼ਪਾ ਕਦੋਂ ਆਉਣੀ ਆ, ਬਾਹੂਬਲੀ 2 ਜਾਂ KGF ਕਦੋਂ ਰਿਲੀਜ਼ ਹੋਣੀ ਆ, ਸਭ ਪਤਾ। ਜੇ ਤੁਸੀਂ ਇਹ ਚਾਹੋਗੇ ਕਿ ਸਾਡੇ ਸਿਨੇਮੇ ਬਾਰੇ ਵੀ ਉਹਨਾਂ ਨੂੰ ਪਤਾ ਹੋਵੇ ਕਿ ਪੰਜਾਬੀ ਦੀ ਫਲਾਣੀ ਫਿਲਮ ਕਦੋਂ ਰਿਲੀਜ਼ ਹੋਣੀ ਹੈ, ਕਦੋਂ ਹੋਊ, ਤਾਂ ਉਹ ਐਕਸ਼ਨ ਜੋਨਰ ਹੀ ਹੈ ਕਿ ਜਿਹੜਾ, ਕਿਉਂਕਿ ਉਹ ਐਕਸ਼ਨ ਜੋਨਰ ਕਰਕੇ ਹੀ ਸਾਰੇ ਕਿਤੇ ਉਹਨਾਂ ਦਾ ਸਿਨੇਮਾ 'ਚ ਆਇਆ। ਸਾਨੂੰ ਵੀ ਐਕਸ਼ਨ ਹੌਲੀ ਹੌਲੀ ਉਸ ਪੱਧਰ 'ਤੇ ਲਿਜਾਣਾ ਪਊਗਾ, ਤਾਂ ਕਿ ਸਾਡੇ ਸਿਨੇਮੇ ਬਾਰੇ ਵੀ ਉਹਨਾਂ ਨੂੰ ਪਤਾ ਹੋਵੇ ਵੀ ਪੰਜਾਬੀ ਦੀ ਆਹ ਐਕਟਰ ਦੀ ਫਿਲਮ ਇਸ ਟਾਈਮ 'ਤੇ ਇਸ ਵਕਤ 'ਤੇ ਰਿਲੀਜ਼ ਹੋਊਗੀ। ਉਹਦੇ ਲਈ ਦੇਖੋ ਐਫਰਟ ਕਰ ਰਹੇ ਨੇ ਸਾਰੇ। ਸੋ ਹੁਣ ਡ੍ਰੀਮ ਰਿਐਲਿਟੀ ਵਾਲਿਆਂ ਨੇ ਸੋਚਿਆ ਕਿ ਜਿਹੜੀ ਅਸੀਂ ਅਗਲੀ ਫਿਲਮ ਬਣਾਵਾਂਗੇ ਉਹਦਾ ਐਕਸ਼ਨ ਵੀ ਨੈਕਸਟ ਲੈਵਲ 'ਤੇ ਹੋਊਗਾ। ਇਹਦਾ ਵੀ ਅਸੀਂ ਬਹੁਤ ਵਧੀਆ ਐਕਸ਼ਨ ਕੀਤਾ ਗਾਂਧੀ ਦਾ, ਜਦ ਤੁਸੀਂ ਦੇਖੋਗੇ ਸਿਨੇਮੇ 'ਚ ਜਾਓਗੇ ਉਦੋਂ ਪਤਾ ਲੱਗੂਗਾ ਤੁਹਾਨੂੰ। ਸੋ ਸਾਡੀਆਂ ਕੋਸ਼ਿਸ਼ਾਂ ਨੇ, ਹੁਣ ਦੇਖੋ ਬੂਰ ਕਦੋਂ ਪੈਂਦਾ ਸੀ ਲੱਗੇ ਹੋਏ ਆ। ਇੱਕ ਬਹੁਤ ਚੰਗੀ ਗੱਲ ਹੈ ਕਿ ਸਾਡਾ ਸਿਨੇਮਾ ਹੁਣ ਬਹੁਤ ਤਰੱਕੀ ਕਰ ਰਿਹਾ ਹੈ ਨਾ, ਹਾਂਜੀ, ਇੱਕ ਚੰਗੀ ਗੱਲ ਹੈ, ਬਟ ਇੱਕ ਛੋਟਾ ਜਿਹਾ ਅਫਸੋਸ ਹੈ ਵੀ ਐਕਸ਼ਨ ਦੇ ਨਾਂ 'ਤੇ ਸਾਡੇ ਕੋਲ ਗਾਂਧੀ ਔਰ ਬਲੈਕੀਆ ਹੀ ਆ ਹੈ ਨਾ, ਤਾਂ ਅੱਗੇ ਐਕਸ਼ਨ ਫਿਲਮਾਂ ਬਣਨ, ਡਾਕੂਆਂ ਦਾ ਮੁੰਡਾ ਵੀ ਹੈ, ਡਾਕੂਆਂ ਦਾ ਮੁੰਡਾ, DSP ਦੇਵ ਵੀ ਹੈ, ਜੀ ਜੀ, ਬਹੁਤ ਨੇ, ਗਿਣਤੀ ਹੈਗੀ, ਆਪਾਂ ਸੋਚਦੇ ਨਹੀਂ ਦੇਖਦੇ ਨਹੀਂ ਵੀ ਪਿੱਛੇ ਬਹੁਤ ਫਿਲਮਾਂ ਚੱਲੀਆਂ ਨੇ, ਬਹੁਤ ਜ਼ਿਆਦਾ ਕਾਮਯਾਬ ਸੀਰੀਜ਼ ਨੇ ਜਿਹੜੀ, ਮਤਲਬ ਐਕਸ਼ਨ ਨੇ, ਪੁੱਤ ਜੱਟਾਂ ਦੇ ਵੀ ਹੈ, ਹਾਂ ਵਰਿੰਦਰ ਜੀ ਦੀਆਂ ਬਹੁਤ ਫਿਲਮਾਂ ਨੇ ਐਕਸ਼ਨ ਦੇ ਉੱਤੇ, ਅਪਕਮਿੰਗ ਦੀ ਅਗਰ ਆਪਾਂ ਗੱਲ ਕਰੀਏ, ਫਿਊਚਰ ਦੀ ਆਪਾਂ ਗੱਲ ਕਰੀਏ, ਹਾਂਜੀ, ਤਾਂ ਜਿਵੇਂ ਹੁਣ ਮਨੀਸ਼ ਸਾਹਨੀ ਸਾਹਿਬ ਵੀ ਇੱਥੇ ਬੈਠੇ ਨੇ, ਪ੍ਰੋਡਿਊਸਰ ਸਾਹਿਬ ਵੀ ਬੈਠੇ ਨੇ ਇੱਥੇ, ਅਤੇ ਫਿਊਚਰ ਦੇ ਵਿੱਚ ਕੀ ਕੁਛ ਤਿਆਰ ਕੀਤਾ ਜਾ ਰਿਹਾ ਪੰਜਾਬੀ ਸਿਨੇਮੇ ਦੇ ਵਿੱਚ, ਔਰ ਪੈਰਲਰੀ ਕੰਪੈਰੀਜ਼ਨ ਵੀ ਹੁੰਦਾ ਆ, ਜ਼ਾਹਿਰ ਜੀ ਗੱਲ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਸਿਨੇਮੇ ਬਣਦੇ ਆ, ਹਾਂਜੀ, ਅਤੇ ਕੰਪੈਰੀਜ਼ਨ ਕਿਤੇ ਨਾ ਕਿਤੇ ਹੁੰਦਾ ਆ। ਸੋ ਬਾਹੂਬਲੀ ਤੱਕ ਪਹੁੰਚ ਗਈਆਂ ਚੀਜ਼ਾਂ, ਉਹ ਅੱਗੇ ਤੱਕ ਜਾਣ ਲਈ ਮਤਲਬ ਕੀ ਤਿਆਰੀ ਉਹ ਚੱਲ ਰਹੀ ਆਪਣੀ? ਦੇਖੋ ਵੀਰੇ, ਇੱਕ ਆਪਾਂ ਨਾ ਜਦੋਂ ਘਰੇ ਇੱਕ ਆਪਾਂ ਗਾਰਡਨ ਬਣਾਉਂਦੇ ਹਾਂ ਜਾਂ ਆਪਾਂ ਲੋਨ ਤਿਆਰ ਕਰਦੇ ਹਾਂ ਆਪਣਾ, ਤਾਂ ਉਹਦੇ ਵਿੱਚ ਇੱਕ ਫੁਲਵਾੜੀ ਦੇ ਵਿੱਚ ਹਰ ਤਰ੍ਹਾਂ ਦੇ ਫੁੱਲ ਲਾਉਂਦੇ ਹਾਂ, ਸਿਨੇਮੇ ਦੇ ਵਿੱਚੋਂ ਜਦੋਂ ਹਰ ਤਰ੍ਹਾਂ ਦੀ ਫਿਲਮ ਬਣਦੀ ਹੈ, ਕਾਮੇਡੀ ਬਣਦੀਆਂ ਨੇ, ਮਸਤਾਨੇ ਵਰਗੀਆਂ ਫਿਲਮਾਂ ਬਣਦੀਆਂ ਨੇ, ਮੌੜ ਵਰਗੀਆਂ ਵੀ ਬਣਦੀਆਂ ਨੇ, ਹੈ ਨਾ, ਅਤੇ ਅਰਦਾਸ ਵਰਗੀਆਂ ਵੀ ਬਣਦੀਆਂ ਨੇ, ਗਾਂਧੀ ਵਰਗੀਆਂ, ਡਾਕੂਆਂ ਦੇ ਮੁੰਡੇ ਵਰਗੀਆਂ, ਤਾਂ ਫੁਲਵਾੜੀ ਦੇ ਵਿੱਚ ਫਿਰ ਹਰ ਤਰ੍ਹਾਂ ਦਾ ਫੁੱਲ ਬਣ ਜਾਂਦਾ, ਕਾਮੇਡੀ ਵੀ ਬਣਦਾ। ਔਰ ਜਿੱਥੋਂ ਤੱਕ ਸਾਡੀ ਗੱਲ ਹੈ, ਅਸੀਂ ਬਹੁਤ ਚੰਗਾ ਸਿਨੇਮਾ ਲੈ ਕੇ ਆ ਰਹੇ ਹਾਂ, ਉਸ ਲੜੀ ਦੇ ਵਿੱਚ ਮਝੈਲ ਆ ਰਹੀ ਹੈ,
ਉਹ ਇੱਕ ਡਿਫਰੈਂਟ ਕਾਈਂਡ ਆਫ ਸਿਨੇਮਾ ਹੈਗਾ, ਉਹਦੇ ਵਿੱਚ ਅਸੀਂ ਗੱਲ ਕੀਤੀ ਆ ਮਝੈਲੀਆਂ ਦੀ, ਉਹੀ ਲੈਂਗੁਏਜ, ਉਹੀ ਸਾਰਾ ਕੁਛ, ਹਰ ਵਕਤ ਕੁਛ ਨਾ ਕੁਛ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਆ, ਨਵੇਂ ਕਿਰਦਾਰ ਲੱਭਣ ਦੀ, ਨਵੇਂ ਤਰੀਕੇ ਨਾਲ ਪਲੇ ਕਰਨ ਦੀ। ਫਿਰ ਇੱਕ ਫਿਲਮ ਮੇਰੀ ਮਨੀਸ਼ ਭਾਅ ਜੀ ਦੇ ਨਾਲ ਹੁਣ ਅਸੀਂ ਸ਼ਾਇਦ ਬਾਬਾ ਜੀ ਨੇ ਚਾਹਿਆ ਥੋੜ੍ਹੇ ਦਿਨਾਂ 'ਚ ਅਸੀਂ ਅਨਾਊਂਸ ਕਰਾਂਗੇ, ਉਹ ਵੀ ਅਸੀਂ ਸੋਚ ਰਹੇ ਹਾਂ ਕਿ ਡਾਇਰੈਕਟਰ ਵੀ ਸਾਰੇ ਅਲੱਗ ਅਲੱਗ ਕਰੀਏ ਵਧੀਆ, ਜਿਹੜੇ ਪੰਜਾਬੀ ਇੰਡਸਟਰੀ ਦੇ ਵਧੀਆ ਡਾਇਰੈਕਟਰ ਨੇ, ਵਧੀਆ ਸਿਨੇਮਾ ਦਿੱਤਾ ਜਿਨ੍ਹਾਂ ਨੇ। ਫਿਰ ਡਰੀਮ ਰਿਐਲਿਟੀ ਨਾਲ ਤਾਂ ਮੈਂ ਜੁੜਿਆ ਹੋਈ ਹਾਂ, ਸਾਡੀਆਂ ਬਹੁਤ ਵਧੀਆ ਪਲੈਨਿੰਗ ਚੱਲ ਰਹੀਆਂ ਨੇ ਅੱਗੇ। ਔਰ ਜਿਹੜੀ ਤੁਸੀਂ ਬਾਹੂਬਲੀ ਦੀ ਗੱਲ ਕੀਤੀ ਹੈ, ਸਾਨੂੰ ਜੇ ਤੁਸੀਂ ਜਿਵੇਂ ਸਾਊਥ ਦਾ ਸਿਨੇਮਾ ਅੱਜ ਸਾਡੇ 'ਚ ਆ ਗਿਆ, ਸਾਡੇ 'ਚ ਘਰ ਕਰ ਗਿਆ, ਸਾਨੂੰ ਉਹਨਾਂ ਦੇ ਹਰ ਹੀਰੋ ਬਾਰੇ ਪਤਾ ਕਿ ਪੁਸ਼ਪਾ ਕਦੋਂ ਆਉਣੀ ਆ, ਬਾਹੂਬਲੀ 2 ਜਾਂ KGF ਕਦੋਂ ਰਿਲੀਜ਼ ਹੋਣੀ ਆ, ਸਭ ਪਤਾ। ਜੇ ਤੁਸੀਂ ਇਹ ਚਾਹੋਗੇ ਕਿ ਸਾਡੇ ਸਿਨੇਮੇ ਬਾਰੇ ਵੀ ਉਹਨਾਂ ਨੂੰ ਪਤਾ ਹੋਵੇ ਕਿ ਪੰਜਾਬੀ ਦੀ ਫਲਾਣੀ ਫਿਲਮ ਕਦੋਂ ਰਿਲੀਜ਼ ਹੋਣੀ ਹੈ, ਕਦੋਂ ਹੋਊ, ਤਾਂ ਉਹ ਐਕਸ਼ਨ ਜੋਨਰ ਹੀ ਹੈ ਕਿ ਜਿਹੜਾ, ਕਿਉਂਕਿ ਉਹ ਐਕਸ਼ਨ ਜੋਨਰ ਕਰਕੇ ਹੀ ਸਾਰੇ ਕਿਤੇ ਉਹਨਾਂ ਦਾ ਸਿਨੇਮਾ ਛਾਇਆ। ਸਾਨੂੰ ਵੀ ਐਕਸ਼ਨ ਹੌਲੀ ਹੌਲੀ ਉਸ ਪੱਧਰ 'ਤੇ ਲਿਜਾਣਾ ਪਊਗਾ ਤਾਂ ਕਿ ਸਾਡੇ ਸਿਨੇਮੇ ਬਾਰੇ ਵੀ ਉਹਨਾਂ ਨੂੰ ਪਤਾ ਹੋਵੇ ਵੀ ਪੰਜਾਬੀ ਦੀ ਆਹ ਐਕਟਰ ਦੀ ਫਿਲਮ ਇਸ ਟਾਈਮ 'ਤੇ ਇਸ ਵਕਤ 'ਤੇ ਰਿਲੀਜ਼ ਹੋਊਗੀ। ਉਹਦੇ ਲਈ ਦੇਖੋ ਐਫਰਟ ਕਰ ਰਹੇ ਨੇ ਸਾਰੇ। ਸੋ ਹੁਣ ਡਰੀਮ ਰਿਐਲਿਟੀ ਵਾਲਿਆਂ ਨੇ ਸੋਚਿਆ ਕਿ ਜਿਹੜੀ ਅਸੀਂ ਅਗਲੀ ਫਿਲਮ ਬਣਾਵਾਂਗੇ ਉਹਦਾ ਐਕਸ਼ਨ ਵੀ ਨੈਕਸਟ ਲੈਵਲ 'ਤੇ ਹੋਊਗਾ। ਇਹਦਾ ਵੀ ਅਸੀਂ ਬਹੁਤ ਵਧੀਆ ਐਕਸ਼ਨ ਕੀਤਾ ਗਾਂਧੀ ਦਾ, ਜਦ ਤੁਸੀਂ ਦੇਖੋਗੇ ਸਿਨੇਮੇ 'ਚ ਜਾਓਗੇ ਉਦੋਂ ਪਤਾ ਲੱਗੂਗਾ ਤੁਹਾਨੂੰ। ਸੋ ਸਾਡੀਆਂ ਕੋਸ਼ਿਸ਼ਾਂ ਨੇ, ਹੁਣ ਦੇਖੋ ਬੂਰ ਕਦੋਂ ਪੈਂਦਾ ਸੀ ਲੱਗੇ ਹੋਏ ਹਾਂ। ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।